ਸਰੋਂ ਦਾ ਸਾਗ ਬਣਾਵਾਂਗੇ ਅੱਜ ਆਪਾਂ। ਮੈਂ ਹਨੀ ਮਸਟਰਡ ਯੂਜ਼ ਕੀਤੀ ਹੈ। ਕੰਡਲਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਵਾਸ਼ ਕਰ ਲਓ। ਕੁੱਕਰ ਵਿੱਚ 2 ਗਲਾਸ ਪਾਣੀ ਪਾ ਕੇ ਗਰਮ ਕਰਨਾ ਰੱਖ ਦਿਓ। 5 ਪੋਲੀਆਂ ਸਾਗ ਦੀਆਂ, 3 ਪੈਕਟ ਪਾਲਕ ਦੇ, 1 ਪੈਕਟ ਗ੍ਰੀਨ ਆਨੀਅਨ, 1 ਪੋਲੀ ਧਨੀਆ। ਸਾਗ ਨੂੰ ਬਰੀਕ ਬਰੀਕ ਕੱਟ ਕੇ ਐਡ ਕਰੋ। ਸਾਗ 1 ਕੱਪ ਜਿੰਜਰ ਐਡ ਕਰੋ। ਥੋੜਾ ਜਿਹਾ ਮੇਥੇ ਪਾਵਾਂਗੇ। ਕੁੱਕਰ ਨੂੰ ਬੰਦ ਕਰਕੇ 6 ਤੋਂ 7 ਸੀਟੀਆਂ ਲਵਾਵਾਂਗੇ। ਕੁੱਕਰ ਰੈਡੀ ਕਰ ਦੇ। 1 ਕੌਲੀ ਜਿੰਜਰ, ਥੋੜਾ ਜਿਹਾ ਗਾਰਲਿਕ ਐਡ ਕਰੋ। ਆਨੀਅਨ, ਆਨੀਅਨ ਨੂੰ ਗੋਲਡਨ ਬਰਾਊਨ ਕਰਾਂਗੇ। ਤੜਕਾ ਰੈਡੀ ਹੈ ਸਾਡਾ, ਸਾਗ ਰੈਡੀ ਹੈ। ਸਾਗ ਦਾ ਪਾਣੀ ਕੱਢ ਕੇ ਨਮਕ ਸਵਾਦ ਅਨੁਸਾਰ, 3 ਚਮਚੇ ਹਰੀਆਂ ਮਿਰਚਾਂ, 1 ਕੌਲੀ ਮੱਕੀ ਦਾ ਆਟਾ। ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਕਰੋ ਗਰਮ ਪਾਣੀ। ਇਹ ਮੇਰੇ ਮੰਮੀ ਦੀ ਰੈਸਪੀ ਹੈ। ਸਾਗ ਨੂੰ ਕਵਰ ਕਰਕੇ 15 ਤੋਂ 20 ਮਿੰਟ ਕੁੱਕ ਕਰਾਂਗੇ ਮੀਡੀਅਮ ਫਲੇਮ ਤੇ। ਐਡ ਕਰੋ ਤੜਕਾ ਸਾਗ ਵਿੱਚ। ਸਾਗ ਸਾਡਾ ਮਲਾਈ ਵਰਗਾ ਬਣਿਆ ਹੈ, ਜਿਹੜੇ ਜਿਹੜੇ ਮੰਮੀ ਨੂੰ ਮਿਸ ਕਰ ਇੱਦਾਂ ਬਣਾਓ। 1 ਕੌਲੀ ਮੱਕੀ ਦਾ ਆਟਾ, ਉਹਦਾ ਗਰਮ ਪਾਣੀ ਨਾਲ ਡੋ ਬਣਾ ਲਓ। ਮੱਕੀ ਦੀ ਰੋਟੀ ਰੈਡੀ ਹੈ। ਆਓ ਤੇ ਖਾਓ।